ਦੋਸਤੋ ਹੈਵੀ ਮੋਟਰ ਵਹੀਕਲ ਦਾ ਲਾਇਸੈਂਸ ਬਣਾਉਣ ਲਈ ਆਪਾਂ ਨੂੰ ਰੈੱਡ ਕਰੋਸ ਸਰਟੀਫਿਕੇਟ ਦੀ ਜ਼ਰੂਰਤ ਪੈਂਦੀ ਹੈ। ਇਸ ਤੋਂ ਇਲਾਵਾ ਜੇ ਬੱਸ ਕੰਡਕਟਰ ਵਿੱਚ ਭਰਤੀ ਦੇਖਣੀ ਹੋ, ਤੁਸੀਂ ਬੱਸ ਕੰਡਕਟਰ ਦੀ ਜੋਬ ਲੈਣਾ ਚਾਹੁੰਦੇ ਹੋ, ਤਾਂ ਉੱਥੇ ਵੀ ਆਪਾਂ ਨੂੰ ਰੈੱਡ ਕਰੋਸ ਦਾ ਸਰਟੀਫਿਕੇਟ ਦੀ ਜ਼ਰੂਰਤ ਪਵੇਗੀ। ਅਤੇ ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਆਪਾਂ ਰੈੱਡ ਸਰਟੀਫਿਕੇਟ ਪੰਜਾਬ ਵਿੱਚ ਕਿਵੇਂ ਬਣਵਾ ਸਕਦੇ ਹਾਂ। ਐਂਡ ਜੇ ਵੀਡੀਓ ਬੈਨੀਫਿਸ਼ੀਅਲ ਲੱਗਦੀ ਹੈ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਤੁਹਾਡੇ ਸਪੋਰਟ ਦੀ ਬਹੁਤ ਜ਼ਰੂਰਤ ਹੈ। ਓਕੇ ਦੋਸਤੋ, ਮੈਂ ਬਠਿੰਡੇ ਏਰੀਏ ਤੋਂ ਹਾਂ, ਤਾਂ ਕਰਕੇ ਮੈਂ ਸਭ ਤੋਂ ਪਹਿਲਾਂ ਸੋਚਿਆ ਕਿ ਬਠਿੰਡੇ ਏਰੀਏ ਵਿੱਚ ਜਿਹੜਾ ਰੈੱਡ ਕਰੋਸ ਸਰਟੀਫਿਕੇਟ ਕਿਵੇਂ ਬਣੇਗਾ। ਤਾਂ ਮੈਂ ਕਾਫੀ ਸਰਚ ਕੀਤੀ, ਨਹੀਂ ਕੁਛ ਮਿਲਿਆ। ਫਿਰ ਮੈਨੂੰ ਫੇਸਬੁੱਕ 'ਤੇ ਰੈੱਡ ਕਰੋਸ ਬਠਿੰਡੇ ਦਾ ਔਫੀਸ਼ੀਅਲ ਪੇਜ ਇੱਕ ਮਿਲ ਗਿਆ, ਅਤੇ ਮੈਂ ਉਹਨਾਂ ਨਾਲ ਗੱਲ ਕਰੀ ਜਿਸ ਦਾ ਸਕਰੀਨਸ਼ੋਟ ਤੁਹਾਡੇ ਸਾਹਮਣੇ ਹੈ। ਸਰ, ਸਭ ਤੋਂ ਪਹਿਲਾਂ ਮੈਂ ਇਹਨਾਂ ਤੋਂ ਪੁੱਛਿਆ ਕਿ ਸਰ ਰੈੱਡ ਕਰੋਸ ਸਰਟੀਫਿਕੇਟ ਬਾਰੇ ਇਨਫੋਰਮੇਸ਼ਨ ਦਿਓ ਜੀ। ਤਾਂ ਰੈੱਡ ਕਰੋਸ ਬਠਿੰਡਾ ਨੇ ਇੱਥੇ ਰਿਪਲਾਈ ਕੀਤਾ ਹੋਇਆ ਕਿ ਤੁਹਾਡੀ ਟ੍ਰੇਨਿੰਗ ਚੱਲੂਗੀ 8 ਦਿਨਾਂ ਤੱਕ, ਅਤੇ ਪਰ ਡੇ ਆਪਾਂ ਨੂੰ 2 ਘੰਟੇ ਟ੍ਰੇਨਿੰਗ 'ਚ ਲਾਉਣੇ ਪੈਣਗੇ। ਅਤੇ ਜਿਹੜੀ ਨੈਕਸਟ ਟ੍ਰੇਨਿੰਗ ਦਾ ਅਗਲੀ ਟ੍ਰੇਨਿੰਗ ਦਾ ਬੈਚ ਹੈ ਜਿਹੜਾ ਉਹ 1 ਫਰਵਰੀ ਤੋਂ ਸਟਾਰਟ ਹੋਏਗਾ। ਅਤੇ ਇਸਦੀ ਫੀਸ ਜਿਹੜੀ ਇਹਨਾਂ ਨੇ ਦੱਸੀ ਹੋਈ ਹੈ 1180 ਰੁਪਏ ਇਨਕਲੂਡਿੰਗ GST ਫੀਸ ਦੱਸੀ ਹੋਈ ਹੈ। ਕਹਿਣ ਦਾ ਮਤਲਬ ਹੈ ਦੋਸਤੋ, ਜੇ ਤੁਸੀਂ 1 ਫਰਵਰੀ ਨੂੰ ਇੱਥੇ ਅਪਲਾਈ ਕਰਦੇ ਹੋ ਟ੍ਰੇਨਿੰਗ ਵਾਸਤੇ, ਤਾਂ ਰੈਗੂਲਰ ਤੁਹਾਨੂੰ 8 ਦਿਨ ਉੱਥੇ ਜਾਣਾ ਪਵੇਗਾ ਅਤੇ 2 ਘੰਟਿਆਂ ਦੀ ਟ੍ਰੇਨਿੰਗ ਉੱਥੇ ਦੇਣਗੇ ਤੁਹਾਨੂੰ ਇਹ। ਅਤੇ ਇਸਦੀ ਫੀਸ ਹੋਵੇਗੀ 8 ਦਿਨਾਂ ਦੀ ਪੂਰੀ ਪ੍ਰੋਸੈਸ ਦੀ 1180 ਰੁਪਏ ਫੀਸ ਹੋਵੇਗੀ। ਇਸ ਤੋਂ ਬਾਅਦ ਮੈਂ ਇਹਨਾਂ ਦੀ ਲੋਕੇਸ਼ਨ, ਇਹਨਾਂ ਦਾ ਔਫਿਸ ਦਾ ਜਿਹੜਾ ਐਡਰੈਸ ਕਿੱਥੇ ਆ, ਅਤੇ ਇੰਪੋਰਟੈਂਟ ਡਾਕੂਮੈਂਟ ਕਿਹੜੇ ਕਿਹੜੇ ਨੇ, ਤਾਂ ਇਹਨਾਂ ਨੇ ਇੱਥੇ ਲਿਖਿਆ ਹੋਇਆ ਕਿ ਜਿਹੜਾ ਕਿ ਐਡਰੈਸ ਹੈ ਨੀਅਰ ਹੈੱਡ ਪੋਸਟ ਔਫਿਸ ਸਿਵਲ ਸਟੇਸ਼ਨ ਬਠਿੰਡਾ, ਠੀਕ ਹੈ। ਅਤੇ 2 ਪਾਸਪੋਰਟ ਸਾਈਜ਼ ਪਿਕਸ ਲੈ ਕੇ ਜਾਣੀ ਨੇ ਆਪਣੀ, ਅਤੇ ਫੋਟੋ ਕਾਪੀ ਆਫ ਆਧਾਰ ਕਾਰਡ ਬਸ। ਇਹਨਾਂ ਨੇ ਹੋਰ ਕੁਛ ਇੱਥੇ ਮੈਂਸ਼ਨ ਨਹੀਂ ਕੀਤਾ। ਅਤੇ ਜੇ ਕੋਈ ਮੇਰਾ ਵੀਰ ਬਠਿੰਡੇ ਏਰੀਏ ਵਿੱਚ ਰੈੱਡ ਸਰਟੀਫਿਕੇਟ ਬਣਾਉਣਾ ਚਾਹੁੰਦਾ ਤਾਂ ਇਹ ਪ੍ਰੋਸੈਸ ਫੋਲੋ ਕਰੇ। ਅਤੇ ਜੇ ਕੋਈ ਮੇਰਾ ਵੀਰ ਅਦਰ ਕਿਸੇ ਡਿਸਟ੍ਰਿਕਟ ਤੋਂ ਇਹ ਵੀਡੀਓ ਦੇਖ ਰਿਹਾ ਹੈ, ਜੇ ਕੋਈ ਹੋਰ ਜ਼ਿਲ੍ਹੇ ਤੋਂ, ਬਠਿੰਡੇ ਤੋਂ ਇਲਾਵਾ ਹੋਰ ਕੋਈ ਜ਼ਿਲ੍ਹੇ ਤੋਂ ਇਹ ਵੀਡੀਓ ਦੇਖ ਰਿਹਾ, ਤਾਂ ਸਭ ਤੋਂ ਪਹਿਲਾਂ ਉਸ ਚੈਨਲ ਨੂੰ ਸਬਸਕ੍ਰਾਈਬ ਕਰਕੇ ਆਪਣੇ ਜ਼ਿਲ੍ਹੇ ਦਾ ਨਾਮ ਹੈ ਕਿ ਕਮੈਂਟ ਵਿੱਚ ਲਿਖ ਦੇ, ਤਾਂ ਮੈਂ ਨੈਕਸਟ ਪਾਰਟ ਇਸ ਵੀਡੀਓ ਦਾ ਉਹਨਾਂ ਦੇ ਜ਼ਿਲ੍ਹੇ ਵਿੱਚ ਰੈੱਡ ਕਰੋਸ ਸਰਟੀਫਿਕੇਟ ਦਾ ਔਫਿਸ ਅਤੇ ਪੂਰੀ ਇਨਫੋਰਮੇਸ਼ਨ ਕਲੈਕਟ ਕਰਕੇ ਇੱਕ ਵੀਡੀਓ ਬਣਾ ਦੇਗਾ, ਅਤੇ ਉਸ ਨੂੰ ਫੋਲੋ ਕਰਕੇ ਤੁਸੀਂ ਵੀ ਆਸਾਨੀ ਨਾਲ ਜਿਹੜਾ ਕੀ ਹੈ ਰੈੱਡ ਸਰਟੀਫਿਕੇਟ ਬਣਵਾ ਸਕਦੇ। ਓਕੇ ਦੋਸਤੋ, ਜੇ ਵੀਡੀਓ ਬੈਨੀਫਿਸ਼ੀਅਲ ਲੱਗਦੀ ਹੈ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰੋ, ਤੁਹਾਡੇ ਸਪੋਰਟ ਦੀ ਬਹੁਤ ਜ਼ਰੂਰਤ ਹੈ।